a South Asian Canadian channel. ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਪਵਿੱਤਰ ਸਿਧਾਂਤ ਨੂੰ ਹੱਥ ਪਾਲਵੇ ਜਿਹੜਾ ਢਾ ਢੇਰੀ ਕੀਤਾ ਘਰ ਛੱਡ ਦਿੱਤੇ ਕੋਈ ਜਾਤ ਲਈ ਨਹੀਂ ਕੋਈ ਫਾਇਦੇ ਲਈ ਨਹੀਂ ਪਿੱਛੇ ਮੈਂ ਉਹ ਵੀ ਪਰਿਵਾਰ ਦੇਖੇ ਜਿਹੜੇ ਰੁਲ ਗਏ ਜਿਹੜੀ ਸਾਰੇ ਨੇ ਕਿਸੇ ਨੇ ਲੈ ਸਕੇ ਕੁਛ ਸਾਰਾ ਲਈਆਂ ਗਈਆਂ ਉਹ ਮੈਂ ਤਾਂ ਤੁਹਾਨੂੰ ਰਿਪੀਟ ਕਰਾਉਂਦਾ ਸੀ ਅੱਜ ਆਪਾਂ ਸੁੱਖ ਦੇ ਵਿੱਚ ਉਹਨਾਂ ਸਾਰੀਆਂ ਗਾਥਾਂ ਨੂੰ ਭੁੱਲ ਗਏ ਇਹ ਗਾਥਾ ਚੇਤੇ ਕਰਾਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੇ ਪਹਿਲਾਂ ਇੱਕ ਆਦੇਸ਼ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਾਂ ਯਤਨ ਕਰੀਏ ਉਹ ਯਤਨਾਂ ਨੂੰ ਬੂਰ ਵੀ ਪਿਆ ਉਹ ਤੋਂ ਬਾਅਦ ਫਿਰ ਉਹਨੀ ਇਲੈਕਸ਼ਨ ਜਦੋਂ ਡਿਕਲੇਅਰ ਹੋ ਗਈ ਫਿਰ ਇੱਕ ਅਪੀਲ ਕੀਤੀ ਕਿ ਕੌਮ ਇਕੱਠੀ ਹੋਵੇ ਉਸ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫੈਸਲਾ ਲਿਆ ਉਹ ਫੈਸਲਾ ਲਿਆ ਬੀਬੀ ਕਮਲਦੀਪ ਕੌਰ ਦੇ ਰੂਪ ਦੇ ਵਿੱਚ ਜਿਹਦੇ ਬਾਬਤ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਮੁੰਡ ਬੱਝਣਾ ਤੇ ਜੇ ਆਪਾਂ ਮੁੰਡ ਬੰਨਣਾ ਚਾਹੁੰਦੇ ਹਾਂ ਪੰਜਾਬ ਦੇ ਲੋਕ ਅਣਖ ਤੇ ਗੈਰਤ ਨਾਲ ਰਹਿੰਦੇ ਆ ਅਣਖ ਗੈਰਤ ਜਿਲੇ ਸਾਨੂੰ ਕੋਈ ਮਾਰ ਮਾਰੇ ਸਾਨੂੰ ਕੋਈ ਦੁੱਖ ਦੇਵੇ ਅਸੀਂ ਤਕੜੇ ਹੋ ਜਾਂਦੇ ਸੁੱਖਾਂ ਦੇ ਵਿੱਚ ਅਸੀਂ ਢਿੱਲੇ ਹੋ ਜਾਂਦੇ ਹਾਂ ਅੱਜ ਸਮਾਂ ਆ ਉਹਨਾਂ ਮਹਾਨ ਯੋਧਿਆਂ ਨੂੰ ਜਿਹਨਾਂ ਮਹਾਨ ਯੋਧਿਆਂ ਨੂੰ 30-30 32-32 ਸਾਲ ਜੇਲ੍ਹਾਂ ਦੇ ਅੰਦਰ ਹੋ ਗਏ ਰਿਹਾਈ ਦਾ ਮੋਹਰੇ ਹਾਲੇ ਦਿਸਦਾ ਕੁਛ ਨਹੀਂ ਤੇ ਆਹ ਜਿਹੜਾ ਰਾਹ ਪੱਧਰਾ ਕਰਨ ਲਈ ਤੁਹਾਡੇ ਸ੍ਰੀ ਅਕਾਲ ਤਖਤ ਸਾਹਿਬ ਨੇ ਅਪੀਲ ਕੀਤੀ ਸੀ ਇਹ ਭੈਣ ਕਮਲਦੀਪ ਕੌਰ ਉਸ ਸ਼ਹੀਦ ਪਰਿਵਾਰ ਦੇ ਵਿੱਚੋਂ ਆ ਜਿਹਦੇ ਦੋ ਜੀ ਪਿਤਾ ਜੀ ਉਦਾਂ ਨਕਾਰੇ ਕਰ ਦਿੱਤੇ ਦੋ ਜੀ ਜਿਹੜੇ ਉਹ ਮੁਕਾਬਲਿਆਂ ਦੇ ਵਿੱਚ ਆਪਣੇ ਸ਼ਹੀਦ ਕਰ ਦਿੱਤੇ ਤੀਸਰਾ ਭਰਾ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਜਿਹੜਾ ਮੌਤ ਨੂੰ ਵੀ ਕਲੋਲਾਂ ਕਰ ਰਿਹਾ ਜਿਹਨੂੰ ਮੌਤ ਦੀ ਸਜ਼ਾ ਆ ਸੋ ਵੀਰੋ ਇਹ ਫੈਸਲਾ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਤੇ ਸਰਕਾਰ ਦਾ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਲਿਆ ਹੁਣ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਤਕੜੇ ਹੋ ਕੇ ਉਸ ਸ੍ਰੀ ਅਕਾਲ ਤਖਤ ਸਾਹਿਬ ਦੀ ਲਲਕਾਰ ਨੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਕੀਤੀ ਗਈ ਅਪੀਲ ਨੂੰ ਆਪਾਂ ਤਕੜੇ ਹੋ ਕੇ 23 ਤਰੀਕ ਨੂੰ ਇਹ ਸਾਡੀ ਭੈਣ ਬੀਬੀ ਕਮਲਦੀਪ ਕੌਰ ਦੇ ਚੋਣ ਨਿਸ਼ਾਨ ਜਿਹੜਾ ਤੱਕੜੀ ਆ ਉਹਦੇ ਵੋਟਾਂ ਦਾ ਵੋਟਾਂ ਪਾ ਕੇ ਇਸ ਭੈਣ ਨੂੰ ਆਪਾਂ ਉਸ ਪਾਰਲੀਮੈਂਟ ਵਿੱਚ ਭੇਜੀਏ ਜਿੱਥੋਂ ਫਿਰ ਸਾਡਾ ਸਾਰਿਆਂ ਦਾ ਇਹ ਜਿਹੜੇ ਅੰਦਰ ਬੈਠੇ ਉੱਥੋਂ ਆਉਣ ਦਾ ਕੋਈ ਰਾਹ ਖੁੱਲ ਸਕਦਾ ਸੋ ਮੈਂ ਲੰਬਾ ਨਹੀਂ ਬੋਲਣਾ ਕਿਉਂਕਿ ਲੰਬਾ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ ਸੰਤ ਬਾਬਾ ਸੁਖਦੇਵ ਸਿੰਘ ਜੀ ਅਚੇਚੇ ਤੌਰ ਤੇ ਅੱਜ ਪਹੁੰਚੇ ਆ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਉਹਨਾਂ ਵੱਲੋਂ ਵੀ ਕਿਉਂਕਿ ਮੈਂ ਉਹਨਾਂ ਦੀ ਜਥੇਬੰਦੀ 'ਚ ਲੰਬਾ ਅਰਸਾ ਰਿਹਾ ਹੁਣ ਵੀ ਹਾਂ ਉਹਨਾਂ ਨੇ ਵੀ ਅਪੀਲ ਕੀਤੀ ਆ ਸਮੁੱਚਾ ਪੰਥ ਅੱਜ ਇਸ ਮਸਲੇ ਦੇ ਉੱਤੇ ਇਕੱਤਰ ਆ ਜੇ ਇੱਕ ਮੋਰਚੇ ਤੇ ਆਪਾਂ ਇਕੱਤਰ ਹੋਏ ਹਾਂ ਤੇ ਆਪਾਂ ਤਕੜੇ ਹੋ ਕੇ ਇਸ ਬੀਬੀ ਨੂੰ ਜਿਤਾ ਕੇ ਉਹਨਾਂ ਦਾ ਰਾਹ ਪੱਧਰਾ ਕਰੀਏ ਜਿਹਨਾਂ ਦੀ ਜ਼ਿੰਦਗੀ ਦੇ ਵਿੱਚ ਮੋਹਰੇ ਹਨੇਰਾ ਹੀ ਹਨੇਰਾ ਉਸ ਹਨੇਰੇ ਨੂੰ ਚਾਨਣ ਵਿੱਚ ਤੁਸੀਂ ਬਦਲ ਸਕਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਅੰਤ ਦੇ ਵਿੱਚ ਬੀਬੀ ਕਮਲਦੀਪ ਕੌਰ ਜੀ ਕਿਉਂਕਿ ਸਤਿਕਾਰ ਸਾਡੇ ਉਸ ਪਰਿਵਾਰ ਦੇ ਵਿੱਚੋਂ ਜਿਸ ਪਰਿਵਾਰ ਨੇ ਸੰਤਾਪ ਨੂੰ ਪਿੰਡ ਤੇ ਹੰਡਾਇਆ ਉਹਨੂੰ ਕਾਮਯਾਬ ਕਰਕੇ ਆਪਾਂ ਅਗਲਾ ਜਿਹੜਾ ਫਿਰ ਰਣਨੀਤੀ ਉਹ ਗਾਂਹ ਤੈਅ ਕੀਤੀ ਜਾਊ। A South Asian Canadian channel.